10 plus 2 class, English first lesson, Punjab School Education Board, Hassan's attendance problem. It's written by Sudha Murthy. Now start the lesson. Mrs. Sudha Murthy is a teacher. Shrimati Sudha Murthy ek teacher han, social worker, ek samaj sevika, and a philanthropist. Ate ek ਲੋਕਾਂ ਤੇ ਪਰ ਉਪਕਾਰ ਕਰਨ ਵਾਲੀ ਮਹਿਲਾ ਹੈ। ਫਿਲੈਂਥ੍ਰੋਪਿਸਟ ਉਹ ਲੋਕ ਆ ਜਾਂਦੇ ਹਨ ਜੋ ਆਪਣੇ ਕੋਲੋਂ ਪੈਸੇ ਖਰਚ ਕਰਕੇ ਦੂਜਿਆਂ ਦੀ ਭਲਾਈ ਕਰਨ ਵਿੱਚ ਅੱਗੇ ਆਉਂਦੇ ਹਨ। ਹਰ ਵਰਕ ਸਪੀਕਸ ਮੋਰ ਦੈਨ ਐਨੀ ਵਰਡਸ ਵਿਲ। ਉਸਦੇ ਕੀਤੇ ਹੋਏ ਕੰਮ ਕਹੇ ਗਏ ਸ਼ਬਦਾਂ ਨਾਲੋਂ ਜ਼ਿਆਦਾ ਬਿਆਨ ਕਰਨਗੇ, ਯਾਨੀ ਉਹਦੇ ਕੰਮ ਜ਼ਿਆਦਾ ਬੋਲਦੇ ਹਨ। ਸ਼ੀ ਇਜ਼ ਦ ਸਪਾਊਸ ਆਫ ਹੰਬਲ ਮਿਸਟਰ ਨਰਾਇਣ ਮੂਰਥੀ। ਉਹ ਪਤਨੀ ਹੈ ਇਨਫੋਸਿਸ ਕੰਪਨੀ ਨੂੰ ਬਣਾਉਣ ਵਾਲੇ ਕੰਪਨੀ ਦੇ ਬਹੁਤ ਹੀ ਨਮਰਤਾ ਰੱਖਣ ਵਾਲੇ ਮਾਲਕ ਮਿਸਟਰ ਨਰਾਇਣ ਮੂਰਥੀ ਦੀ। ਹਰ ਕੰਟਰੀਬਿਊਸ਼ਨ ਟੂਵਰਡਸ ਫੈਮਿਲੀ ਕੰਪਨੀ ਐਂਡ ਵਰਲਡ ਇਜ਼ ਇਮੈਂਸ। ਉਸਦਾ ਯੋਗਦਾਨ ਪਰਿਵਾਰ ਪ੍ਰਤੀ, ਕੰਪਨੀ ਪ੍ਰਤੀ ਅਤੇ ਸੰਸਾਰ ਪ੍ਰਤੀ ਬਹੁਤ ਅਦਭੁਤ ਹੈ। ਹਰ ਹੰਬਲਨੈਸ ਰਿਫਲੈਕਟਸ ਇਨ ਹਰ ਰਾਈਟਿੰਗ। ਉਸਦੀ ਨਿਰਮਾਣਤਾ ਉਸਦੀ ਲੇਖਣੀ ਵਿੱਚ ਸਪਸ਼ਟ ਝਲਕਦੀ ਹੈ। ਹਸਨਸ ਅਟੈਂਡੈਂਸ ਪ੍ਰੋਬਲਮ ਡਿਸਕ੍ਰਾਈਬਸ ਦਾ ਕੰਸੀਕੁਐਂਸਿਸ ਆਫ ਨੋਟ ਟੇਕਿੰਗ ਥਿੰਗਸ ਸੀਰੀਅਸਲੀ। ਜੋ ਇਹ ਪਾਠ ਹੈ ਹਸਨਸ ਅਟੈਂਡੈਂਸ ਪ੍ਰੋਬਲਮ, ਇਹ ਦਰਸਾਉਂਦੀ ਹੈ ਕਿ ਕਿਸੇ ਵੀ ਚੀਜ਼ ਨੂੰ ਸੀਰੀਅਸਲੀ ਗੰਭੀਰਤਾ ਨਾਲ ਨਾ ਲੈਣ ਦੇ ਨਤੀਜੇ ਕੀ ਨਿਕਲਦੇ ਹਨ। ਐਂਡ ਨੋਟ ਵਰਕਿੰਗ ਫੋਰ ਦਾ ਸੇਕ ਆਫ ਨੌਲੇਜ, ਅਤੇ ਗਿਆਨ ਲਈ ਕੰਮ ਨਾ ਕਰਨ ਦੇ ਨਤੀਜੇ ਕੀ ਨਿਕਲਦੇ ਹਨ। ਓਨਲੀ ਵਰਕਿੰਗ ਫੋਰ ਮਾਰਕਸ ਔਰ ਮਨੀ ਵਿਲ ਲੀਡ ਵਨ ਨੋ ਵੇਅਰ। ਸਿਰਫ ਮਾਰਕਸ ਲੈਣ ਲਈ ਕੰਮ ਕਰਨਾ, ਪੈਸੇ ਲੈਣ ਲਈ ਕੰਮ ਕਰਨਾ, ਇਹ ਕਿਸੇ ਨੂੰ ਵੀ ਕਿਸੇ ਜਗ੍ਹਾ 'ਤੇ ਨਹੀਂ ਪਹੁੰਚਾਉਂਦੀ। ਸ਼ੀ ਐਕਸਪਲੇਨਸ ਇਟ ਵਿਦ ਕੁਇੰਟਸੈਂਸ਼ਲ ਐਗਜ਼ਾਮਪਲ ਆਫ ਅ ਸਟੂਡੈਂਟ ਹਸਨ ਹੂ ਯੂਜ਼ਡ ਟੂ ਬੰਕ ਅ ਲੋਟ ਆਫ ਅਰ ਕਲਾਸ। ਉਹ ਇਹ ਸਭ ਕੁਝ ਦਾ ਵਿਖਿਆਨ ਕਰਦੀ ਹੈ ਆਪਣੀ ਹੀ ਕਲਾਸ ਦੇ ਸਟੂਡੈਂਟ ਹਸਨ ਦੀ ਕਲਾਸ ਵਿੱਚੋਂ ਬੰਕ ਮਾਰਨ ਦੀ ਸਰਵਉੱਚ ਐਗਜ਼ਾਮਪਲ ਦੇ ਨਾਲ। ਸੋ ਕੁਇੰਟਸੈਂਸ਼ਲ ਹੁੰਦਾ ਸਰਵਉੱਚ, ਸਭ ਤੋਂ ਵਧੀਆ। ਚਲੋ ਹੁਣ ਸਟੋਰੀ ਸ਼ੁਰੂ ਕਰੀਏ। ਫੋਰ ਮੈਨੀ ਈਅਰਸ ਨਾਓ, ਹੁਣ ਤੋਂ ਕਾਫੀ ਸਾਲ ਪਹਿਲਾਂ, ਆਈ ਹੈਵ ਬੀਨ ਟੀਚਿੰਗ ਕੰਪਿਊਟਰ ਸਾਇੰਸ ਟੂ ਸਟੂਡੈਂਟਸ ਸਟੱਡਿੰਗ ਫੋਰ ਦੇਅਰ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨਸ ਐਟ ਅ ਕਾਲਜ ਇਨ ਬੈਂਗਲੋਰ। ਮੈਂ ਬੈਂਗਲੋਰ ਦੇ ਇੱਕ ਕਾਲਜ ਵਿੱਚ ਜੋ ਬੱਚੇ ਕੰਪਿਊਟਰ ਐਪਲੀਕੇਸ਼ਨਸ ਦੀ ਮਾਸਟਰਸ ਕਰਨ ਆਏ ਹੋਏ ਸਨ ਉਹਨਾਂ ਨੂੰ ਕੰਪਿਊਟਰ ਸਾਇੰਸ ਪੜ੍ਹਾ ਰਹੀ ਹਾਂ। ਆਈ ਹੈਵ ਇੰਟਰੈਕਟਡ ਵਿਦ ਮੈਨੀ ਸਟੂਡੈਂਟਸ। ਮੈਂ ਕਿੰਨੇ ਹੀ ਬੱਚਿਆਂ ਦੇ ਨਾਲ ਆਪਸ ਵਿੱਚ ਗੱਲਬਾਤ ਕੀਤੀ। ਐਂਡ ਦੋ ਇਟ ਇਜ਼ ਨੋਟ ਪੋਸੀਬਲ ਟੂ ਰਿਮੈਂਬਰ ਆਲ ਆਫ ਦੈਮ ਨਾਓ, ਅਤੇ ਭਾਵੇਂ ਨਹੀਂ ਪੋਸੀਬਲ ਕਿ ਸਾਰਿਆਂ ਨੂੰ ਯਾਦ ਰੱਖਿਆ ਜਾਵੇ, ਦਾ ਮੈਮਰੀਜ਼ ਆਫ ਸਮ ਆਰ ਐਚਡ ਇਨ ਮਾਈ ਹੈੱਡ। ਐਚਡ ਹੁੰਦਾ ਜਦੋਂ ਕੋਈ ਚੀਜ਼ ਤੁਹਾਡੇ ਉੱਤੇ ਨਕਾਸ਼ੀ ਕਰਤੀ ਜਾਵੇ, ਜਦੋਂ ਉੱਕਰ ਜਾਵੇ, ਜਦੋਂ ਕੋਈ ਚੀਜ਼, ਜਿੱਦਾਂ ਅਸੀਂ ਇੱਕ ਸੰਗਮਰਮਰ ਦੇ ਪੱਥਰ 'ਤੇ ਕੋਈ ਚੀਜ਼ ਉੱਕਰ ਦਿੰਦੇ ਹਾਂ, ਹੈ ਨਾ, ਉਸੇ ਤਰ੍ਹਾਂ ਕੋਈ ਚੀਜ਼ ਤੁਹਾਡੇ ਦਿਮਾਗ 'ਤੇ ਉੱਕਰ ਗਈ ਹੋਵੇ ਉਹਨੂੰ ਕਹਿੰਦੇ ਨੇ ਐਚ ਕਰਨਾ। ਓਕੇ, ਸੋ ਦ ਮੈਮਰੀਜ਼ ਆਫ ਸਮ ਆਰ ਐਚਡ ਇਨ ਮਾਈ ਹੈੱਡ। ਫਿਰ ਵੀ ਕੁਝ ਮੈਮਰੀਜ਼ ਹਨ ਜੋ ਕਿ ਮੇਰੇ ਦਿਮਾਗ 'ਤੇ ਉੱਕਰੀਆਂ ਹੋਈਆਂ ਹਨ। ਦੈਟ ਇਜ਼ ਨੋਟ ਬਿਕੋਜ਼ ਦੇ ਵਰ ਆਲ ਬ੍ਰਿਲੀਅੰਟ, ਇਸ ਕਰਕੇ ਨਹੀਂ ਹੈ ਕਿ ਉਹ ਸਾਰੇ ਬਹੁਤ ਹੁਸ਼ਿਆਰ ਸਨ, ਬਟ ਰੈਦਰ ਬਿਕੋਜ਼ ਸਮਥਿੰਗ ਇਨ ਦੈਮ ਵਾਜ਼ ਵੈਰੀ ਡਿਫਰੈਂਟ ਫਰੋਮ ਦ ਅਦਰਸ। ਬਲਕਿ ਇਹ ਇਸ ਕਰਕੇ ਹੈ ਕਿਉਂਕਿ ਉਹਨਾਂ ਵਿੱਚ ਕੁਝ ਇਹੋ ਜਿਹਾ ਸੀ ਜੋ ਦੂਜਿਆਂ ਨਾਲੋਂ ਅਲੱਗ ਸੀ। ਇਨ ਮਾਈ ਫਸਟ ਬੈਚ ਦੇਅਰ ਵਾਜ਼ ਅ ਵੈਰੀ ਬ੍ਰਾਈਟ ਬੋਏ ਕਾਲਡ ਹਸਨ। ਮੇਰੇ ਪਹਿਲੇ ਬੈਚ ਵਿੱਚ ਇੱਕ ਬਹੁਤ ਹੁਸ਼ਿਆਰ ਲੜਕਾ ਹਸਨ ਸੀ। ਹੀ ਵਾਜ਼ ਟੋਲ, ਹੈਂਡਸਮ, ਵਿਦ ਅ ਵੈਰੀ ਗੁੱਡ ਮੈਮਰੀ। ਉਹ ਉੱਚਾ, ਲੰਮਾ, ਸੋਹਣਾ ਅਤੇ ਬਹੁਤ ਹੀ ਵਧੀਆ ਯਾਦ ਸ਼ਕਤੀ ਦਾ ਮਾਲਕ ਸੀ। ਹੀ ਕੇਮ ਫਰੋਮ ਐਨ ਐਫਲੂਐਂਟ ਫੈਮਿਲੀ। ਐਫਲੂਐਂਟ ਹੁੰਦੇ ਨੇ ਰਿਚ, ਅਮੀਰ। ਉਹ ਬੜੀ ਐਫਲੂਐਂਟ ਫੈਮਿਲੀ ਦੇ ਨਾਲ ਸੰਬੰਧ ਰੱਖਦਾ ਸੀ। ਵੇਅਰ ਹੀ ਵਾਜ਼ ਓਨਲੀ ਸਨ, ਕਿ ਜਿਹੜਾ ਉਹਨਾਂ ਦਾ ਇਕਲੌਤਾ ਬੇਟਾ ਸੀ। ਇਨੀਸ਼ੀਅਲੀ ਆਈ ਡਿਡ ਨੋਟ ਕਮ ਟੂ ਨੋ ਆਫ ਹਿਸ ਐਗਜ਼ਿਸਟੈਂਸ ਐਟ ਆਲ। ਮੈਂ ਸ਼ੁਰੂਆਤੀ ਤੌਰ 'ਤੇ ਸਾਰਾ ਕੁਛ ਨਹੀਂ ਜਾਣਦੀ ਸੀ ਕਿ ਉਸਦੀ ਹੋਂਦ ਕੀ ਹੈ।
mainly because he was hardly ever present. ਮੁੱਖ ਤੌਰ ਤੇ ਇਸ ਕਰਕੇ ਕਿਉਂਕਿ ਉਹ ਕਦੀ ਕਦੀ ਹੀ ਪ੍ਰੈਜੈਂਟ ਹੁੰਦਾ ਸੀ. I normally take the first class of the day. ਆਮ ਕਰਕੇ ਉਹਨਾਂ ਦੀ ਪਹਿਲੀ ਕਲਾਸ ਮੈਂ ਹੀ ਲੈਂਦੀ ਹਾਂ, which is scheduled at 9 a.m. ਜਿਹੜੀ ਕਿ 9 ਵਜੇ ਮਿੱਥੀ ਗਈ ਹੈ, ਔਰ the one after that at 10 a.m. ਅਤੇ ਉਸ ਤੋਂ ਬਾਅਦ ਇੱਕ ਹੋਰ ਹੈ ਜੋ ਕਿ 10 ਵਜੇ ਹੈ. I prefer this time as this is when students are fresh and very attentive. ਮੈਂ ਇਹੀ ਸਮਾਂ ਪ੍ਰੈਫਰ ਕਰਦੀ ਹਾਂ ਕਿ ਇਸ ਸਮੇਂ ਜੋ ਵਿਦਿਆਰਥੀ ਹੁੰਦੇ ਹਨ ਉਹ ਬੜੇ ਤਰੋ ਤਾਜ਼ਾ ਅਤੇ ਉਹਨਾਂ ਦਾ ਧਿਆਨ ਜ਼ਿਆਦਾ ਪੜ੍ਹਾਈ ਵੱਲ ਹੁੰਦਾ ਹੈ. ਵੰਸ ਇਨ ਅ ਵਾਈਲ ਹਸਨ ਵੁੱਡ ਟਰਨ ਅਪ. ਕਦੇ ਕਦੇ ਇੱਕ ਅੱਧੀ ਵਾਰ ਉਹ ਸਾਹਮਣੇ ਪ੍ਰਗਟ ਹੁੰਦਾ, ਟਰਨ ਅਪ ਯਾਨੀ ਦਿਖਾਈ ਦਿੰਦਾ, ਪਰਟੀਕੁਲਰਲੀ ਖਾਸ ਕਰਕੇ ਇਫ ਦੇਅਰ ਵਾਜ਼ ਅ ਕਲਾਸ ਟੈਸਟ ਔਰ ਡਿਊਰਿੰਗ ਐਗਜ਼ਾਮੀਨੇਸ਼ਨਸ. ਖਾਸ ਕਰ ਜਦੋਂ ਕੋਈ ਕਲਾਸ ਦਾ ਟੈਸਟ ਹੁੰਦਾ ਜਾਂ ਐਗਜ਼ਾਮੀਨੇਸ਼ਨਸ ਹੁੰਦੇ ਉਦੋਂ ਉਹ ਆ ਜਾਂਦਾ. I met him more often for attendance shortages meetings. ਜਾਂ ਮੈਂ ਉਹਨੂੰ ਮਿਲਦੀ ਕਿ ਜਦੋਂ ਇਹੋ ਜਿਹੀ ਕੋਈ ਮੀਟਿੰਗ ਹੁੰਦੀ ਕਿ ਇਹਦੀਆਂ ਅਟੈਂਡੈਂਸ ਦੀਆਂ ਸ਼ੋਰਟੇਜ ਹੈ, ਠੀਕ ਹੈ, ਉਦੋਂ ਉਹਨੂੰ ਮਿਲ ਲੈਂਦੀ. ਹੀ ਵੁੱਡ ਬੈਗ ਫੋਰ ਅਟੈਂਡੈਂਸ ਇਨ ਸੱਚ ਅ ਮੈਨਰ. ਉਹ ਇਸ ਤਰੀਕੇ ਦੇ ਨਾਲ ਅਟੈਂਡੈਂਸ ਲਗਾਉਣ ਲਈ ਮੈਨੂੰ ਬੇਨਤੀ ਕਰਦਾ, ਦੈਟ ਇਟ ਵਾਜ਼ ਵੈਰੀ ਡਿਫੀਕਲਟ ਫੋਰ ਮੀ ਟੂ ਸੇ ਨੋ, ਕਿ ਇਹ ਮੇਰੇ ਲਈ ਬੜਾ ਔਖਾ ਹੋ ਜਾਂਦਾ ਕਿ ਮੈਂ ਉਹਨੂੰ ਨਾ ਕਰਾਂ. ਸੋ ਮੈਂ ਉਹਨੂੰ ਹਾਂ ਕਰ ਦਿੰਦੀ, ਠੀਕ ਹੈ ਕਿ ਤੇਰੀ ਮੈਂ ਅਟੈਂਡੈਂਸ ਲਗਾ ਦਾਂਗੀ. ਸਮ ਟਾਈਮਸ ਆਈ ਵੁੱਡ ਗੈਟ ਅਪਸੈਟ. ਕਈ ਵਾਰ ਮੈਂ ਬਹੁਤ ਨਿਰਾਸ਼ ਹੋ ਜਾਂਦੀ ਐਂਡ ਟੈਲ ਹਿਮ, ਅਤੇ ਉਹਨੂੰ ਦੱਸਦੀ, ਨੋ ਆਈ ਕਾਂਟ ਗਿਵ ਯੂ ਅਟੈਂਡੈਂਸ, ਕਿ ਮੈਂ ਤੇਰੀ ਅਟੈਂਡੈਂਸ ਨਹੀਂ ਦੇ ਸਕਦੀ. ਦੇਅਰ ਸ਼ੁੱਡ ਬੀ ਡਿਸਿਪਲਨ, ਡਿਸਿਪਲਨ ਹੋਣਾ ਚਾਹੀਦਾ, ਅਨੁਸ਼ਾਸਨ ਹੋਣਾ ਚਾਹੀਦਾ. ਯੈਸ ਮੈਡਮ, ਹੀ ਵੁੱਡ ਰਿਪਲਾਈ ਅਪੋਲੋਜੈਟਿਕਲੀ. ਹਾਂ ਮੈਡਮ, ਉਹ ਬੜੇ ਸ਼ਰਮਸਾਰ ਹੋ ਕੇ ਖਿਮਾ ਪੂਰਨ ਢੰਗ ਦੇ ਨਾਲ ਕਹਿੰਦਾ, ਹਾਂ ਮੈਡਮ, ਪਾਰਡਨ ਮੀ, ਮੈਨੂੰ ਮਾਫ਼ ਕਰ ਦਿਓ. ਫਰੋਮ ਦਾ ਨੈਕਸਟ ਸਮੈਸਟਰ ਓਨਵਰਡਸ, ਅਗਲੇ ਸਮੈਸਟਰ ਤੋਂ ਅੱਗੇ, ਆਇਲ ਡੈਫੀਨੇਟਲੀ ਅਟੈਂਡ ਯੂਅਰ ਕਲਾਸ. ਮੈਂ ਤੁਹਾਡੀ ਕਲਾਸ ਪੱਕਾ ਅਟੈਂਡ ਕਰਾਂਗਾ. ਕੈਨ ਯੂ ਨੋਟ ਪਾਰਡਨ ਮੀ ਦਿਸ ਟਾਈਮ, ਕਿ ਤੁਸੀਂ ਮੈਨੂੰ ਮਾਫ਼ ਨਹੀਂ ਕਰੋਗੇ ਇਸ ਵਾਰੀ. ਟੂ ਅਰ ਇਜ਼ ਹਿਊਮਨ, ਇਨਸਾਨ ਤਾਂ ਗਲਤੀਆਂ ਦਾ ਪੁਤਲਾ. ਟੂ ਫੋਰ ਗਿਵ ਇਜ਼ ਡਿਵਾਈਨ, ਮਾਫ਼ ਕਰਨਾ ਇੱਕ ਦੈਵੀ ਗੁਣ ਹੈ. ਯੂ ਹੈਵ ਓਨਲੀ ਟੋਟ ਅਸ ਦਿਸ, ਤੁਸੀਂ ਸਾਨੂੰ ਹੀ ਇਹ ਸਿਖਾਇਆ ਹੈ. ਆਈ ਕੁੱਡ ਨੋਟ ਰਿਮੇਨ ਐਂਗਰੀ ਫੋਰ ਲੌਂਗ, ਮੈਂ ਜ਼ਿਆਦਾ ਦੇਰ ਤੱਕ ਗੁੱਸਾ ਜਾਂ ਨਿਰਾਸ਼ ਨਾ ਰਹਿ ਪਾਉਂਦੀ ਉਹਦੇ ਨਾਲ. ਟੀਚਰਸ ਡੂ ਗੈਟ ਅਪਸੈਟ ਵਿਦ ਸਟੂਡੈਂਟਸ ਹੂ ਆਰ ਨੋਟ ਰੈਗੂਲਰ. ਟੀਚਰ ਜ਼ਰੂਰ ਉਹਨਾਂ ਨਾਲ ਨਿਰਾਸ਼ ਹੋ ਜਾਂਦੇ ਜਿਹੜੇ ਕਿ ਰੈਗੂਲਰ ਪ੍ਰੈਜੈਂਟ ਨਹੀਂ ਸਨ. ਬਟ ਇਫ ਦਾ ਅਟੈਂਡੈਂਸ ਸ਼ੋਰਟੇਜ ਅਫੈਕਟਸ ਦੇਅਰ ਅਪੀਅਰੈਂਸ ਇਨ ਦਾ ਫਾਈਨਲ ਐਗਜ਼ਾਮੀਨੇਸ਼ਨ, ਵਨ ਟੈਂਡਸ ਟੂ ਮੈਲਟ ਲਾਈਕ ਸਨੋ ਅਗੇਂਸਟ ਦਾ ਸਨ. ਪਰ ਇਹ ਸਭ ਦੇ ਬਾਵਜੂਦ ਵੀ ਜੇ ਉਹਨਾਂ ਦੀ ਅਟੈਂਡੈਂਸ ਉਹਨਾਂ ਦੇ ਫਾਈਨਲ ਐਗਜ਼ਾਮੀਨੇਸ਼ਨ ਦੇ ਅੱਗੇ ਆਉਂਦੀ ਤਾਂ ਹਰ ਕੋਈ ਟੀਚਰ ਮੈਲਟ ਹੋ ਜਾਂਦਾ, ਪਿਘਲ ਜਾਂਦਾ ਕਿ ਚੱਲ ਬੱਚੇ ਦਾ ਸਾਲ ਕਾਹਨੂੰ ਖਰਾਬ ਕਰਨਾ ਕਿ ਇਸ ਨੂੰ ਇਹਦੀ ਅਟੈਂਡੈਂਸ ਲਗਾ ਦਿੱਤੀ ਜਾਵੇ. ਅ ਗੁੱਡ ਟੀਚਰ ਵਿਲ ਆਲਵੇਜ਼ ਵਿਸ਼ ਫੋਰ ਦਾ ਬੈਸਟ ਆਫ ਅ ਸਟੂਡੈਂਟ. ਇੱਕ ਚੰਗਾ ਅਧਿਆਪਕ ਆਪਣੇ ਸਟੂਡੈਂਟਸ ਦੇ ਭਲੇ ਵਾਸਤੇ ਹੀ ਸੋਚੇਗਾ. ਦੋ ਆਈ ਡੂ ਐਗਰੀ ਡਿਸਿਪਲਿਨ ਇਜ਼ ਵੈਰੀ ਇੰਪੋਰਟੈਂਟ ਟੂ, ਪਰ ਫਿਰ ਵੀ ਮੈਂ ਵਿਸ਼ਵਾਸ ਕਰਦੀ ਹਾਂ ਕਿ ਅਨੁਸ਼ਾਸਨ ਬਹੁਤ ਹੀ ਮਹੱਤਵਪੂਰਨ ਹੈ. ਐਜ਼ ਹੀ ਵਾਜ਼ ਵੈਰੀ ਬ੍ਰਾਈਟ, ਜਿਵੇਂ ਕਿ ਉਹ ਬਹੁਤ ਹੁਸ਼ਿਆਰ ਸੀ, ਹਸਨ ਵੁੱਡ ਇਨ ਵੇਅਰੇਬਲੀ ਗੈਟ ਅ ਫਸਟ ਕਲਾਸ ਇਨ ਦਾ ਐਗਜ਼ਾਮ. ਹਸਨ ਹਰ ਵਾਰ ਦੀ ਤਰ੍ਹਾਂ ਕਲਾਸ ਵਿੱਚ ਫਸਟ ਆ ਜਾਂਦਾ. ਹਾਵਰ ਬਿਫੋਰ ਦਾ ਐਗਜ਼ਾਮ ਸਟਾਰਟਡ, ਐਵਰੀ ਸਮੈਸਟਰ ਦਿਸ ਡਰਾਮਾ ਵਿਦ ਹਸਨ ਵੁੱਡ ਬੀ ਰਿਪੀਟਡ. ਹਾਲਾਂਕਿ ਹਰ ਵਾਰ ਐਗਜ਼ਾਮ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਮੈਸਟਰ ਵਿੱਚ ਇਹ ਡਰਾਮਾ ਹਸਨ ਦੇ ਨਾਲ ਰਿਪੀਟ ਕੀਤਾ ਜਾਂਦਾ ਸੀ. ਆਈ ਵੁੱਡ ਗੈਟ ਅਪਸੈਟ, ਮੈਂ ਅਪਸੈਟ ਹੋ ਗਈ. ਥਰੈਟਨ ਐਂਡ ਅਲਟੀਮੇਟਲੀ ਗਿਵ ਇਨ, ਉਸਨੂੰ ਧਮਕੀਆਂ ਵੀ ਦਿੱਤੀਆਂ ਅਤੇ ਅਖੀਰ 'ਤੇ ਮੈਂ ਛੱਡ ਦਿੱਤਾ. ਈਚ ਟਾਈਮ ਹਸਨ ਵੁੱਡ ਪ੍ਰੋਮਿਸ ਟੂ ਇੰਪਰੂਵ ਹਿਜ ਅਟੈਂਡੈਂਸ ਰਿਕੋਰਡ. ਹਰ ਵਾਰ ਹਸਨ ਪ੍ਰੋਮਿਸ ਕਰਦਾ ਕਿ ਉਹ ਆਪਣੇ ਅਟੈਂਡੈਂਸ ਦਾ ਰਿਕੋਰਡ ਇੰਪਰੂਵ ਕਰੇਗਾ. ਐਂਡ ਫੋਰ ਵਨ ਵੀਕ ਵੁੱਡ ਅਟੈਂਡ ਆਲ ਕਲਾਸਿਸ, ਅਤੇ ਇੱਕ ਹਫ਼ਤਾ ਕਲਾਸ ਲਗਾ ਵੀ ਲੈਂਦਾ. ਦੈਨ ਦਾ ਸੇਮ ਓਲਡ ਸਟੋਰੀ ਵੁੱਡ ਫੋਲੋ, ਫਿਰ ਉਸੇ ਤਰ੍ਹਾਂ ਹੀ ਪੁਰਾਣੀ ਕਹਾਣੀ ਫਿਰ ਸ਼ੁਰੂ ਹੋ ਜਾਂਦੀ. ਈਚ ਟਾਈਮ ਹੀ ਹੈਡ ਅ ਡਿਫਰੈਂਟ ਰੀਜ਼ਨ ਫੋਰ ਹਿਸ ਐਬਸੈਂਸਿਸ, ਹਰ ਵਾਰ ਉਸ ਕੋਲ ਆਪਣੀ ਗੈਰ ਹਾਜ਼ਰੀ ਲਈ ਅਲੱਗ ਰੀਜ਼ਨ ਹੁੰਦਾ. ਅਨਫੋਰਚੁਨੇਟਲੀ, ਬਦਕਿਸਮਤੀ ਨਾਲ, ਦੇ ਆਲਵੇਜ਼ ਸੀਮਡ ਜੈਨੂਅਨ ਟੂ ਮੀ, ਮੈਨੂੰ ਹਰ ਵਾਰ ਇੱਦਾਂ ਹੀ ਲੱਗਦਾ, ਬਦਕਿਸਮਤੀ ਨਾਲ ਹੀ ਸਹੀ, ਕਿ ਉਹ ਜੋ ਬੋਲ ਰਿਹਾ ਜੈਨੂਅਨ ਬੋਲ ਰਿਹਾ, ਉਹਦੇ ਵਿੱਚ ਕੋਈ ਧੋਖਾ ਨਹੀਂ ਹੈ.
Once I got tired of his stories, ek vaar ta main ohdiyan kahaniyan to pareshan ho gayi and called his parents, ate us de maapiyan nu bulaya. Your son is a bright boy. ਤੁਹਾਡਾ ਲੜਕਾ ਬਹੁਤ ਹੁਸ਼ਿਆਰ ਹੈ. ਹੀ ਇਜ਼ ਨੋਟ ਐਰੋਗੈਂਟ. ਉਹ ਐਰੋਗੈਂਟ ਨਹੀਂ ਹੈ, ਯਾਨੀ ਲਾਪਰਵਾਹ ਨਹੀਂ ਹੈ. ਬਟ ਹੀ ਇਜ਼ ਇਨਡਿਸਿਪਲਿਨਡ, ਪਰ ਉਹ ਅਨੁਸ਼ਾਸਨਹੀਣ ਹੈ. ਇਫ ਓਨਲੀ ਹੀ ਕੇਮ ਟੂ ਕਲਾਸ ਰੈਗੂਲਰਲੀ ਐਂਡ ਅਟੈਂਡ ਦਾ ਲੈਬ, ਆਈ ਐਮ ਸ਼ੋਰ ਹੀ ਕੈਨ ਗੈਟ ਅ ਰੈਂਕ. ਜੇ ਸਿਰਫ ਉਹ ਕਲਾਸ ਵਿੱਚ ਰੈਗੂਲਰ ਆਉਣਾ ਸ਼ੁਰੂ ਕਰ ਦੇਵੇ ਅਤੇ ਲੈਬ ਵਿੱਚ ਅਟੈਂਡ ਹੋਣਾ ਸ਼ੁਰੂ ਕਰ ਦੇਵੇ, ਮੈਨੂੰ ਪੱਕਾ ਹੈ ਕਿ ਉਹ ਕੋਈ ਨਾ ਕੋਈ ਰੈਂਕ ਜ਼ਰੂਰ ਹਾਸਲ ਕਰ ਲਏਗਾ. ਆਈ ਹੈਵ ਫੇਲਡ ਟੂ ਕਨਵਿੰਸ ਹਿਮ, ਮੈਂ ਤਾਂ ਹਾਰ ਚੁੱਕੀ ਹਾਂ ਉਸ ਨੂੰ ਮਨਾਉਂਦੇ ਹੋਏ. ਆਈ ਵਿਲ ਬੀ ਹੈਪੀ ਇਫ ਯੂ ਕੁਡ ਲੁੱਕ ਇਨ ਟੂ ਦਾ ਮੈਟਰ ਮੋਰ ਸੀਰੀਅਸਲੀ. ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇ ਤੁਸੀਂ ਇਸ ਪਹਿਲੂ 'ਤੇ ਵਿਚਾਰ ਕਰੋ, ਬਿਕੋਜ਼ ਦਿਸ ਇਜ਼ ਗੋਇੰਗ ਟੂ ਅਫੈਕਟ ਹਿਜ਼ ਲਾਈਫ, ਕਿਉਂਕਿ ਇਹ ਉਸਦੀ ਜ਼ਿੰਦਗੀ 'ਤੇ ਵੀ ਅਸਰ ਪਾਉਣ ਜਾ ਰਿਹਾ ਹੈ. I said to them, ਮੈਂ ਉਹਦੇ ਪੇਰੈਂਟਸ ਨੂੰ ਕਿਹਾ. ਹਸਨਸ ਫਾਦਰ ਵਾਜ ਅ ਬੀਜ਼ੀ ਮੈਨ, ਹਸਨ ਦੇ ਪਿਤਾ ਜੀ ਇੱਕ ਵਿਅਸਤ ਵਿਅਕਤੀ ਸਨ ਐਂਡ ਡਿਡ ਨੋਟ ਟੇਕ ਮਾਈ ਵਰਡਸ ਵੈਰੀ ਸੀਰੀਅਸਲੀ, ਅਤੇ ਉਹਨਾਂ ਨੇ ਮੇਰੇ ਸ਼ਬਦ ਇੰਨੇ ਗੰਭੀਰਤਾ ਨਾਲ ਨਹੀਂ ਲਏ. ਹੀ ਸੈਡ ਐਸ ਲੋਂਗ ਐਸ ਹੀ ਡਜ਼ ਵੈਲ, ਉਸ ਉਹਨਾਂ ਨੇ ਕਿਹਾ ਕਿ ਜਦ ਤੱਕ ਉਹ ਵਧੀਆ ਕਰਦਾ ਪਿਆ, ਦੈਟ ਇਜ਼ ਫਾਈਨ, ਇਹ ਬਹੁਤ ਵਧੀਆ. ਵਿਦ ਮੀ, ਮੇਰੇ ਨਾਲ, ਬਿਕੋਜ਼ ਆਫਟਰ ਅ ਸਰਟਨ ਏਜ, ਕਿਉਂਕਿ ਇੱਕ ਖਾਸ ਉਮਰ ਤੋਂ ਬਾਅਦ ਚਿਲਡਰਨ ਡੂ ਨੋਟ ਲਿਸਨ ਟੂ ਦੇਅਰ ਪੇਰੈਂਟਸ, ਕਿ ਜਿਹੜੇ ਬੱਚੇ ਹਨ ਉਹ ਆਪਣੇ ਮਾਪਿਆਂ ਦੀ ਗੱਲ ਨਹੀਂ ਸੁਣਦੇ. ਓਨਲੀ ਲਾਈਫ ਵਿਲ ਟੀਚ ਦੈਮ, ਸਿਰਫ ਜ਼ਿੰਦਗੀ ਉਹਨਾਂ ਨੂੰ ਸਿਖਾਏਗੀ. ਬਟ ਹਿਜ਼ ਮਦਰ ਵਾਜ਼ ਇਨ ਟੀਅਰਸ, ਪਰ ਉਸਦੀ ਮਦਰ ਰੋਣ ਲੱਗ ਪਈ ਸੀ. ਮੈਡਮ ਆਈ ਹੈਵ ਫੇਲਡ ਐਜ਼ ਅ ਮਦਰ, ਕਿ ਮੈਡਮ ਮੈਂ ਤਾਂ ਫੇਲ ਹੋ ਗਈ ਹਾਂ ਇੱਕ ਮਾਂ ਦੇ ਤੌਰ 'ਤੇ. ਹੀ ਡਜ਼ ਨੋਟ ਲਿਸਨ ਟੂ ਮੀ ਐਟ ਆਲ, ਉਹ ਮੇਰੀ ਵੀ ਨਹੀਂ ਸੁਣਦਾ. ਹੀ ਸਪੈਂਡਸ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ ਐਂਡ ਚੈਟਿੰਗ ਵਿਦ ਹਿਸ ਫਰੈਂਡਸ, ਉਹ ਸਾਰੀ ਰਾਤ ਮਿਊਜ਼ਿਕ ਸੁਣਦਾ ਰਹਿੰਦਾ ਹੈ ਅਤੇ ਆਪਣੇ ਮਿੱਤਰਾਂ ਨਾਲ ਚੈਟਿੰਗ ਕਰਦਾ ਰਹਿੰਦਾ ਹੈ, ਗੱਲਬਾਤ ਕਰਦਾ ਰਹਿੰਦਾ ਹੈ. ਹੀ ਸਲੀਪਸ ਐਟ 6 ਇਨ ਦਾ ਮੋਰਨਿੰਗ, ਉਹ ਸਵੇਰੇ 6 ਵਜੇ ਸੁਣਦਾ. ਹਾਓ ਕੈਨ ਹੀ ਕਮ ਟੂ ਐਨੀ ਕਲਾਸ, ਉਹ ਕਿਸੇ ਕਲਾਸ ਵਿੱਚ ਕਿੱਦਾਂ ਆ ਸਕਦਾ ਹੈ. He does not pay any attention to what I say and tells me I repeat the same thing always. ਉਹ ਮੇਰੀਆਂ ਕਹੀਆਂ ਹੋਈਆਂ ਗੱਲਾਂ 'ਤੇ ਧਿਆਨ ਨਹੀਂ ਦਿੰਦਾ ਅਤੇ ਮੈਨੂੰ ਕਹਿੰਦਾ ਹੈ ਤੁਸੀਂ ਰੋਜ਼ ਉਹੀ ਗੱਲਾਂ ਕਹਿੰਦੇ ਰਹਿੰਦੇ ਹੋ. The meeting ended in an argument between his parents. ਉਹ ਮੀਟਿੰਗ ਮਾਪਿਆਂ ਦੇ ਵਿੱਚ ਹੋਣ ਵਾਲੇ ਵਿਚਾਰ 'ਤੇ ਖਤਮ ਹੋਈ. ਹਿਜ਼ ਫਾਦਰ ਸੈਡ, ਉਸਦੇ ਪਿਤਾ ਨੇ ਕਿਹਾ, ਯੂ ਆਰ ਦਾ ਮਦਰ, ਇਟ ਇਜ਼ ਯੂਅਰ ਡਿਊਟੀ ਟੂ ਕਰੈਕਟ ਹਿਮ, ਤੂੰ ਮਾਂ ਹੈ ਉਸਦੀ, ਇਹ ਤੇਰਾ ਕਰਤੱਵ ਹੈ ਕਿ ਉਸਨੂੰ ਠੀਕ ਕਰਨਾ. ਯੂ ਸ਼ੁੱਡ ਸਪੈਂਡ ਮੋਰ ਟਾਈਮ ਵਿਦ ਹਿਮ, ਆਈ ਐਮ ਸੋ ਬਿਜ਼ੀ, ਯੂ ਹੈਵ ਫੇਲਡ, ਤੈਨੂੰ ਉਸ ਦੇ ਨਾਲ ਹੋਰ ਟਾਈਮ ਸਪੈਂਡ ਕਰਨਾ ਚਾਹੀਦਾ ਹੈ, ਬਿਤਾਉਣਾ ਚਾਹੀਦਾ ਹੈ. ਮੈਂ ਤਾਂ ਬਹੁਤ ਬਿਜ਼ੀ ਹਾਂ, ਤੂੰ ਫੇਲ ਹੋ ਚੁੱਕੀ ਹੈ. ਹਿਜ਼ ਮਦਰ ਸੈਡ, ਉਸਦੀ ਮਾਂ ਨੇ ਕਿਹਾ, ਯੂ ਆਰ ਦਾ ਫਾਦਰ, ਇਟ ਇਜ਼ ਡਿਫੀਕਲਟ ਟੂ ਕੰਟਰੋਲ ਬੋਆਇਜ਼. ਉਸਦੀ ਮਾਂ ਨੇ ਕਿਹਾ, ਤੁਸੀਂ ਉਸਦੇ ਪਿਤਾ ਹੋ, ਲੜਕਿਆਂ ਨੂੰ ਕੰਟਰੋਲ ਕਰਨਾ ਔਖਾ ਹੁੰਦਾ ਹੈ. ਯੂ ਕੈਨ ਸਪੀਕ ਟੂ ਹਿਮ ਮੈਨ ਟੂ ਮੈਨ, ਤੁਸੀਂ ਉਹਨੂੰ ਕਹਿ ਸਕਦੇ ਹੋ ਜਿੱਦਾਂ ਆਦਮੀ ਆਦਮੀ ਨੂੰ ਕਹਿੰਦਾ ਹੈ. ਅਰਨਿੰਗ ਮਨੀ ਇਜ਼ ਨੋਟ ਦਾ ਓਨਲੀ ਥਿੰਗ ਇਨ ਲਾਈਫ, ਸਿਰਫ ਜ਼ਿੰਦਗੀ 'ਚ ਪੈਸਾ ਕਮਾਉਣਾ ਹੀ ਸਭ ਕੁਝ ਨਹੀਂ ਹੁੰਦਾ. ਦਿਸ ਕੰਟੀਨਿਊਡ ਫੋਰ ਅ ਵਾਈਲ, ਇਹ ਥੋੜ੍ਹੀ ਦੇਰ ਚੱਲਿਆ ਐਂਡ ਦਾ ਮੀਟਿੰਗ ਐਂਡਡ ਫਰੂਟਲੈਸਲੀ, ਅਤੇ ਇਹ ਮੀਟਿੰਗ ਬਿਨਾਂ ਕਿਸੇ ਫਲ ਦੇ ਖਤਮ ਹੋਈ. ਹਸਨ ਕੰਟੀਨਿਊਡ ਇਨ ਹਿਜ਼ ਵੇਜ਼, ਹਸਨ ਆਪਣੇ ਤੌਰ ਤਰੀਕਿਆਂ ਦੇ ਵਿੱਚ ਜਾਰੀ ਰਿਹਾ ਟਿਲ ਹੀ ਪਾਸਡ ਆਊਟ ਆਫ ਹਿਜ਼ ਕੋਰਸ, ਜਦ ਤੱਕ ਕਿ ਉਸਨੇ ਆਪਣਾ ਕੋਰਸ ਜਿਹੜਾ ਸੀ ਪਾਸ ਨਹੀਂ ਕਰ ਲਿਆ. ਐਜ਼ ਯੂਜੂਅਲ ਇਨ ਫਸਟ ਕਲਾਸ, ਹਮੇਸ਼ਾ ਦੀ ਤਰ੍ਹਾਂ ਪਹਿਲੀ ਕਲਾਸ ਦੇ ਵਿੱਚ, ਹੀ ਵਾਜ਼ ਅ ਨਾਈਸ ਬੋਆਏ, ਉਹ ਅੱਛਾ ਲੜਕਾ ਸੀ. ਹੀ ਕੇਮ ਐਂਡ ਥੈਂਕਡ ਮੀ, ਉਹ ਮੇਰੇ ਕੋਲ ਆਇਆ ਅਤੇ ਉਸਨੇ ਮੇਰਾ ਧੰਨਵਾਦ ਕੀਤਾ. ਮੈਡਮ ਥੈਂਕ ਯੂ ਫੋਰ ਟੀਚਿੰਗ ਮੀ ਫੋਰ ਦਾ ਲਾਸਟ 3 ਈਅਰਸ, ਮੈਡਮ ਤੁਹਾਡਾ ਧੰਨਵਾਦ ਮੈਨੂੰ ਪਿਛਲੇ 3 ਸਾਲ ਪੜ੍ਹਾਉਣ ਲਈ. ਬਿਕੋਜ਼ ਆਫ ਯੂਅਰ ਕਾਇੰਡ ਹਾਰਟ ਆਈ ਕੁੱਡ ਗੈਟ ਆਲ ਮਾਈ ਅਟੈਂਡੈਂਸ, ਤੁਹਾਡੇ ਦਿਆਲੂ ਦਿਲ ਕਰਕੇ ਹੀ ਮੈਂ ਸਾਰੀ ਅਟੈਂਡੈਂਸ ਜਿਹੜੀ ਆ ਲੈ ਸਕਿਆ. ਆਈ ਵਿਸ਼ ਆਲ ਟੀਚਰਸ ਵਰ ਲਾਈਕ ਯੂ ਇਨ ਦਾ ਕੋਲਜ, ਮੈਂ ਚਾਹੁੰਦਾ ਹਾਂ ਕਿ ਸਾਰੇ ਟੀਚਰ ਤੁਹਾਡੇ ਵਰਗੇ ਹੋਣ ਇਸ ਕੋਲਜ 'ਚ. ਆਈ ਲਾਫਡ, ਕਹਿੰਦੇ ਮੈਂ ਹੱਸ ਪਈ. ਗੋਡ ਵਿਲਿੰਗ ਵੀ ਵਿਲ ਮੀਟ ਅਗੇਨ, ਰੱਬ ਚਾਹੇਗਾ ਤਾਂ ਅਸੀਂ ਦੁਬਾਰਾ ਮਿਲਾਂਗੇ.
but I did not meet Hassan for a long time and forgot all about him. ਪਰ ਮੈਂ ਹਸਨ ਨੂੰ ਬਹੁਤ ਲੰਬਾ ਟਾਈਮ ਨਹੀਂ ਮਿਲੀ ਅਤੇ ਉਹਦੇ ਬਾਰੇ ਸਭ ਕੁਝ ਭੁੱਲ ਗਈ। ਈਅਰਸ ਪਾਸਟ, ਸਾਲ ਬੀਤ ਗਏ। ਆਈ ਟੋਟ ਮੈਨੀ ਸਟੂਡੈਂਟਸ, ਮੈਂ ਬਹੁਤ ਵਿਦਿਆਰਥੀਆਂ ਨੂੰ ਪੜ੍ਹਾਇਆ। ਸਮ ਆਫ ਦੈਮ ਬਿਕੇਮ ਵੈਰੀ ਗੁੱਡ ਹਿਊਮਨ ਬੀਇੰਗਸ, ਉਹਨਾਂ ਵਿੱਚੋਂ ਕੁਝ ਬਹੁਤ ਅੱਛੇ ਇਨਸਾਨ ਬਣੇ। ਸਮ ਬਿਕੇਮ ਫੇਮਸ, ਕੁਝ ਮਸ਼ਹੂਰ ਹੋਏ। ਸਮ ਬਿਕੇਮ ਰਿਚ, ਕੁਝ ਅਮੀਰ ਬਣੇ। ਐਂਡ ਸਮ ਰਿਮੇਨਡ ਓਰਡੀਨਰੀ, ਅਤੇ ਕੁਝ ਸਧਾਰਨ ਹੀ ਰਹੇ। As far as I was concerned, ਜਿੱਥੋਂ ਤੱਕ ਮੇਰਾ ਸੰਬੰਧ ਹੈ, they were like my children, ਉਹ ਮੇਰੇ ਬੱਚਿਆਂ ਵਰਗੇ ਸਨ। Some remember me still and send invitations to weddings, ਕੁਝ ਮੈਨੂੰ ਹੁਣ ਵੀ ਯਾਦ ਰੱਖਦੇ ਹਨ ਅਤੇ ਆਪਣੇ ਵਿਆਹਾਂ 'ਤੇ ਮੈਨੂੰ ਸੱਦਦੇ ਹਨ। Naming ceremonies, ਬੱਚਿਆਂ ਦੇ ਨਾਮ ਰੱਖਣ ਵਾਲੇ ਉਤਸਵ 'ਤੇ ਵੀ ਸੱਦਦੇ ਹਨ। ਹਾਊਸ ਵਾਰਮਿੰਗਸ ਐਟਸੈਟਰਾ, ਹਾਊਸ ਵਾਰਮਿੰਗ ਕੋਈ ਪਾਰਟੀ ਰੱਖਦਾ ਇੱਕ ਨਵੇਂ ਘਰ ਵਿੱਚ ਸ਼ਿਫਟ ਹੋਣ ਦੀ, ਉਹਨੂੰ ਕਹਿੰਦੇ ਨੇ ਹਾਊਸ ਵਾਰਮਿੰਗ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਚੱਠ, ਹੈ ਨਾ। ਸੋ ਹਾਊਸ ਵਾਰਮਿੰਗ ਪਾਰਟੀ, ਸੋ ਕਈ ਹਾਊਸ ਵਾਰਮਿੰਗ ਪਾਰਟੀ 'ਤੇ ਵੀ ਸੱਦੇ ਹਨ। ਐਟਸੈਟਰਾ, ਯਾਨੀ ਆਦ ਆਦ। ਇਫ ਆਈ ਐਮ ਇਨ ਟਾਊਨ, ਆਈ ਡੈਫੀਨੇਟਲੀ ਟਰਾਈ ਐਂਡ ਅਟੈਂਡ, ਜੇ ਮੈਂ ਸ਼ਹਿਰ ਵਿੱਚ ਹੋਵਾਂ ਤਾਂ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੇ ਇਸ ਉਤਸਵ ਨੂੰ ਅਟੈਂਡ ਕਰ ਸਕਾਂ। Because for me, their immense love is my strength. Kyunki mere layi ohna da behad pyar hi meri taakat hai. One Monday morning, ek somvar di sver, my secretary told me that a person wanting to sell the latest software in high school teaching wanted to meet me. Ek sver meri secretary ne kiha ki ek vyakti mainu milna chahunda hai ਕਿ ਜੋ ਹਾਈ ਸਕੂਲਾਂ ਦੇ ਵਿੱਚ ਉਪਯੋਗ ਹੋਣ ਵਾਲਾ ਲੇਟੈਸਟ ਸੋਫਟਵੇਅਰ ਹੈ ਉਸ ਬਾਰੇ ਦੱਸਣਾ ਚਾਹੁੰਦਾ ਹੈ। ਆਈ ਵਾਜ਼ ਐਕਸਟ੍ਰੀਮਲੀ ਬਿਜ਼ੀ, ਮੈਂ ਬਹੁਤ ਬਿਜ਼ੀ ਸੀ। ਐਂਡ ਦ ਪਾਇਲਸ ਆਫ ਅਨਆਨਸਰਡ ਲੈਟਰਸ, ਹੁਣ ਇੱਥੇ ਦੋ ਲਫਜ਼, ਇੱਕ ਪਾਇਲ ਹੁੰਦਾ ਢੇਰ, ਇੱਕ ਹੁੰਦਾ ਹੀਪ, ਠੀਕ ਹੈ। ਸੋ ਹੀਪ ਮਤਲਬ ਉਹ ਢੇਰ ਜਿਹੜਾ ਬੇਤਰਤੀਬਾ ਹੋਵੇ, ਜਿਵੇਂ ਰਬਿਸ਼ ਹੁੰਦਾ, ਹੈ ਨਾ, ਕੂੜੇ ਦਾ ਢੇਰ, ਉਹਨੂੰ ਕਹਿੰਦੇ ਹੀਪ ਆਫ ਰਬਿਸ਼। ਅਤੇ ਜਿਹੜੇ ਪਾਇਲਸ ਹੁੰਦੇ ਨੇ ਉਹ ਢੇਰ ਹੁੰਦਾ ਜਦੋਂ ਤਰਤੀਬ ਵਿੱਚ ਪਿਆ, ਜਿਵੇਂ ਫਾਈਲਾਂ ਦਾ ਪਾਇਲਸ ਇੱਕ ਉੱਤੇ ਦੂਜੇ ਉੱਤੇ, ਇਸੇ ਤਰ੍ਹਾਂ ਜਦੋਂ ਕਬਰਡ ਵਿੱਚ ਅਸੀਂ ਕੱਪੜੇ ਤੈਅ ਮਾਰ ਕੇ ਇੱਕ ਦੇ ਉੱਪਰ ਇੱਕ ਰੱਖਦੇ, ਉਹਨੂੰ ਕਹਿੰਦੇ ਪਾਇਲਸ, ਠੀਕ ਹੈ। ਸੋ ਇੱਥੇ ਵੀ ਉਹੀ ਗੱਲ ਹੈ ਕਿ ਆਈ ਵਾਜ਼ ਐਕਸਟ੍ਰੀਮਲੀ ਬਿਜ਼ੀ, ਮੈਂ ਬਹੁਤ ਬਿਜ਼ੀ ਸੀ। ਐਂਡ ਦ ਪਾਇਲਸ ਆਫ ਅਨਆਨਸਰਡ ਲੈਟਰਸ ਵਾਰ ਲੁਕਿੰਗ ਐਟ ਮੀ ਐਕਿਊਜ਼ਿੰਗਲੀ। ਸੋ ਐਕਿਊਜ਼ਡ ਹੁੰਦਾ ਦੋਸ਼ੀ ਪਾਉਣਾ ਕਿਸੇ ਨੂੰ। ਸੋ ਟੇਬਲ 'ਤੇ ਪਈਆਂ ਹੋਈਆਂ ਅਨਆਨਸਰਡ ਲੈਟਰਸ, ਯਾਨੀ ਉਹ ਚਿੱਠੀਆਂ ਜਿਨ੍ਹਾਂ ਦਾ ਮੈਂ ਜਵਾਬ ਨਹੀਂ ਦੇ ਪਾਈ, ਉਹ ਮੇਰੇ ਵੱਲ ਇੱਦਾਂ ਤੱਕ ਰਹੀਆਂ ਸੀ ਜਿੱਦਾਂ ਮੈਂ ਉਹਨਾਂ ਦੀ ਦੋਸ਼ੀ ਹੋਵਾਂ। ਆਈ ਹੈਡ ਨੋ ਟਾਈਮ ਟੂ ਟੋਕ ਟੂ ਅ ਸੇਲਸ ਪਰਸਨ, ਮੇਰੇ ਕੋਲ ਕਿਸੇ ਸੇਲਸ ਪਰਸਨ ਨਾਲ ਗੱਲ ਕਰਨ ਲਈ ਕੋਈ ਸਮਾਂ ਨਹੀਂ ਸੀ। ਸੋ ਆਈ ਟੋਲਡ ਹਰ, ਸੋ ਮੈਂ ਆਪਣੀ ਸੈਕਰਟਰੀ ਨੂੰ ਕਿਹਾ, ਹੀ ਕੈਨ ਮੀਟ ਸਮਵਨ ਐਲਸ, ਉਹ ਕਿਸੇ ਹੋਰ ਨੂੰ ਮਿਲ ਸਕਦਾ। ਆਈ ਡੋਂਟ ਹੈਵ ਟਾਈਮ, ਮੇਰੇ ਕੋਲ ਸਮਾਂ ਨਹੀਂ ਹੈ। But my secretary said he was insisting he wanted to meet only me and that he was my student. Meri secretary ne ek hor pher kholta, oh kehndi ke oh keh reha hai ke oh sirf mainu hi milna chahunda hai, kyon, kyunki oh usda student hai. She knew how fond I was of all my students. Meri secretary jandi si ke main apne students naal kinna pyar kardi ha, mainu unna naal milan da kinna shauk hai. So she had not been unable to say no to him. ਤਾਂ ਕਿ ਉਹ ਉਸਨੂੰ ਨੋ ਕਹਿਣ ਦੇ ਅਯੋਗ ਹੋ ਜਾਵੇ। ਇਨ ਦੈਟ ਕੇਸ ਲੈਟ ਹਿਮ ਸੀ ਮੀ ਐਟ 2 PM, ਜੇ ਇੱਦਾਂ ਹੈ ਤਾਂ ਫਿਰ ਉਸਨੂੰ ਕਹੋ ਕਿ ਮੈਨੂੰ 2 ਵਜੇ ਆ ਕੇ ਮਿਲੇ। ਇਨ ਦਾ ਆਫਟਰਨੂਨ ਅ ਮੈਨ ਆਫ ਅਬਾਊਟ 35 ਈਅਰਸ, ਦੁਪਹਿਰ ਵੇਲੇ ਇੱਕ 35 ਸਾਲਾ ਵਿਅਕਤੀ, ਪਲੰਪ ਹੁੰਦਾ ਮੋਟਾ, ਵਿਦ ਅ ਬਾਲਡ ਹੈਡ, ਬਾਲਡ ਹੈਡ ਯਾਨੀ ਗੰਜਾ, ਐਂਡ ਮੋਡਰੇਟਲੀ ਡਰੈਸਡ ਵਾਜ ਵੇਟਿੰਗ ਫੋਰ ਮੀ। ਇੱਕ ਮੋਡਰੇਟਲੀ ਯਾਨੀ ਸਹੀ ਸਹੀ, ਨਾ ਜ਼ਿਆਦਾ ਵਧੀਆ ਨਾ ਜ਼ਿਆਦਾ ਘਟੀਆ, ਅਤੇ ਇੱਕ ਸਹੀ ਸਹੀ ਡਰੈਸ ਪਾਈ ਵਿਅਕਤੀ ਮੇਰਾ ਇੰਤਜ਼ਾਰ ਕਰ ਰਿਹਾ ਸੀ ਔਫਿਸ ਦੇ ਵਿੱਚ। ਇਨ ਹਿਜ਼ ਹੈਂਡ ਵਾਜ ਦਾ CD ਵਿਦ ਦਾ ਸੋਫਟਵੇਅਰ, ਉਸ ਦੇ ਹੱਥ ਵਿੱਚ ਇੱਕ CD ਸੀ ਸੋਫਟਵੇਅਰ ਸਹਿਤ। ਆਈ ਕੁਡ ਨੋਟ ਪਲੇਸ ਹਿਮ ਦੋ ਹੀ ਸੇਮਡ ਫੈਮਿਲੀਅਰ, ਮੈਂ ਉਸਨੂੰ ਪਹਿਚਾਣ ਨਹੀਂ ਸਕੀ ਭਾਵੇਂ ਉਹ ਬੜਾ ਜਾਣਿਆ ਪਛਾਣਿਆ ਲੱਗ ਰਿਹਾ ਸੀ। ਹੀ ਸਮਾਈਲਡ ਐਟ ਮੀ ਐਂਡ ਸੈਡ,
ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਅਤੇ ਕਿਹਾ, ਮੈਡਮ, ਕੈਨ ਯੂ ਰੈਕੋਗਨਾਈਜ਼ ਮੀ? ਕੀ ਤੁਸੀਂ ਮੈਨੂੰ ਪਹਿਚਾਣ ਸਕਦੇ ਹੋ? ਯੂ ਮੇ ਨੋਟ, ਬਿਕੋਜ਼ ਹਾਊ ਕੈਨ ਯੂ ਰਿਮੈਂਬਰ ਆਲ ਯੂਅਰ ਸਟੂਡੈਂਟਸ? ਹਾਂ, ਤੁਸੀਂ ਸ਼ਾਇਦ ਨਾ ਪਹਿਚਾਣ ਸਕੋ, ਕਿਉਂਕਿ ਸਾਰੇ ਸਟੂਡੈਂਟਸ ਨੂੰ ਯਾਦ ਰੱਖਣਾ ਕਿੱਦਾਂ ਪੋਸੀਬਲ ਹੋ ਸਕਦਾ ਹੈ? ਫਰੋਮ ਅ ਵਿੰਡੋ ਯੂ ਕੈਨ ਸੀ ਦਾ ਆਊਟਸਾਈਡ ਵਰਲਡ, ਬਟ ਫਰੋਮ ਦਾ ਆਊਟਸਾਈਡ ਯੂ ਕੈਨ ਨੋਟ ਸੀ ਆਲ ਦੈਟ ਇਜ਼ ਇਨਸਾਈਡ। ਇੱਕ ਖਿੜਕੀ ਤੋਂ ਤੁਸੀਂ ਦੁਨੀਆ ਵਿੱਚ ਕੀ ਹੋ ਰਿਹਾ ਹੈ ਉਹ ਦੇਖ ਸਕਦੇ ਹੋ, ਪਰ ਬਾਹਰੋਂ ਦੀ ਖਿੜਕੀ ਦੇ ਅੰਦਰ ਕੀ ਹੋ ਰਿਹਾ ਉਹ ਤੁਸੀਂ ਨਹੀਂ ਦੇਖ ਸਕਦੇ। ਆਈ ਲਾਈਕਡ ਹਿਜ਼ ਐਨਾਲੋਜੀ ਐਂਡ ਵਾਸ ਸ਼ੋਰ ਹੀ ਵਾਸ ਮਾਈ ਸਟੂਡੈਂਟ ਬਿਕੋਜ਼ ਆਈ ਓਫਨ ਯੂਜ਼ ਦਿਸ ਫਰੇਜ਼ ਇਨ ਮਾਈ ਕਲਾਸ। ਮੈਂ ਉਸਦੀ ਇਹ ਦਲੀਲ ਬਹੁਤ ਪਸੰਦ ਕੀਤੀ ਅਤੇ ਮੈਨੂੰ ਪੱਕਾ ਹੋ ਗਿਆ ਕਿ ਉਹ ਮੇਰਾ ਵਿਦਿਆਰਥੀ ਹੀ ਸੀ, ਕਿਉਂਕਿ ਇਹ ਦਲੀਲ ਅਕਸਰ ਮੈਂ ਆਪਣੀ ਕਲਾਸ ਵਿੱਚ ਯੂਜ਼ ਕਰਦੀ ਹੁੰਦੀ ਸੀ। ਸਟਿਲ ਆਈ ਕੁੱਡ ਨੋਟ ਗੈਸ ਹੂ ਹੀ ਵਾਸ, ਭਾਵੇਂ ਹੁਣ ਤੱਕ ਮੈਂ ਭਾਂਪ ਨਹੀਂ ਸਕੀ ਸੀ ਕਿ ਉਹ ਕੌਣ ਸੀ। ਮੈਡਮ, ਆਈ ਵਾਸ ਦਾ ਪਰਪੈਚੁਅਲ ਲੇਟ ਕਮਰ ਆਫ ਯੂਅਰ ਕਲਾਸ। ਮੈਡਮ, ਮੈਂ ਤੁਹਾਡੀ ਕਲਾਸ ਵਿੱਚ ਲਗਾਤਾਰ ਲੇਟ ਆਉਣ ਵਾਲਾ ਸਟੂਡੈਂਟ ਸੀ। ਦੈਟਸ ਵੈਨ ਦਾ ਕੋਇਨ ਡਰੋਪਡ। ਹਾਏ ਹਸਨ, ਕੋਇਨ ਡਰੋਪਡ ਮੀਨਸ ਉਸੇ ਟਾਈਮ ਮੇਰਾ ਦਿਮਾਗ ਚੱਲਿਆ। ਹਾਏ ਹਸਨ, ਹਾਓ ਆਰ ਯੂ? ਹਸਨ, ਤੇਰਾ ਕੀ ਹਾਲ ਚਾਲ? ਇਟਸ ਬੀਨ ਅ ਲੌਂਗ ਟਾਈਮ ਸਿੰਸ ਆਈ ਲਾਸਟ ਮੈਟ ਯੂ। ਕਾਫੀ ਸਮੇਂ ਹੋ ਗਿਆ ਤੈਨੂੰ ਆਖਰੀ ਵਾਰ ਮਿਲੇ ਨੂੰ। ਆਈ ਵਾਸ ਵੈਰੀ ਹੈਪੀ ਟੂ ਸੀ ਹਿਮ। ਮੈਂ ਉਸਨੂੰ ਮਿਲ ਕੇ ਬਹੁਤ ਖੁਸ਼ ਸੀ। ਮੈਡਮ, ਆਈ ਐਮ ਫਾਈਨ ਐਂਡ ਰਿਮੈਂਬਰ ਮੈਨੀ ਆਫ ਯੂਅਰ ਲੈਸਨਸ। ਮੈਡਮ, ਮੈਂ ਬਹੁਤ ਵਧੀਆ ਹਾਂ ਅਤੇ ਤੁਹਾਡੇ ਦਿੱਤੇ ਹੋਏ ਕਈ ਲੈਸਨਸ ਮੈਨੂੰ ਯਾਦ ਹਨ। ਇਜ਼ ਇਟ ਡਾਟਾਬੇਸ ਮੈਨੇਜਮੈਂਟ ਔਰ ਸੀ ਔਰ ਪਾਸਕਲ? ਮੈਡਮ ਪੁੱਛਦੇ ਕਿ ਕਿਹੜੇ ਲੈਸਨ ਯਾਦ ਹੈ ਤੁਹਾਨੂੰ, ਡਾਟਾਬੇਸ ਮੈਨੇਜਮੈਂਟ ਦੇ ਯਾਦ ਹੈ, ਸੀ ਦੇ ਯਾਦ ਹੈ ਕਿ ਪੈਸਕਲ ਦੇ ਯਾਦ ਹੈ? ਨਨ ਆਫ ਦਾ ਸੋਫਟਵੇਅਰ ਮੈਡਮ, ਆਈ ਰਿਮੈਂਬਰ ਦਾ ਮੋਰਲ ਲੈਸਨਸ। ਕਿਸੇ ਸੋਫਟਵੇਅਰ ਦੇ ਲੈਸਨ ਨਹੀਂ ਯਾਦ ਮੈਡਮ, ਮੈਨੂੰ ਤੁਹਾਡੇ ਦਿੱਤੇ ਹੋਏ ਨੈਤਿਕ ਪਾਠ ਯਾਦ ਹਨ। ਆਈ ਡਿਡਨਟ ਨੋ ਵਟ ਮੋਰਲ ਲੈਸਨਸ ਆਈ ਹੈਡ ਟੋਟ। ਮੈਨੂੰ ਨਹੀਂ ਪਤਾ ਮੈਂ ਕਿਹੜੇ ਤੈਨੂੰ ਨੈਤਿਕ ਲੈਸਨਸ ਜਿਹੜੇ ਸਿਖਾ ਦਿੱਤੇ। ਦੋ ਆਈ ਡੂ ਟੈਲ ਸਮ ਸਟੋਰੀਜ਼ ਡਿਊਰਿੰਗ ਮਾਈ ਲੈਕਚਰ ਔਨ ਕੰਪਿਊਟਰ ਸੋਫਟਵੇਅਰ। ਹਾਂ, ਮੈਂ ਕੁਝ ਕਹਾਣੀਆਂ ਜ਼ਰੂਰ ਸੁਣਾਉਂਦੀ ਸੀ ਆਪਣੇ ਕੰਪਿਊਟਰ ਸੋਫਟਵੇਅਰ ਦੇ ਲੈਕਚਰ ਦੇ ਦੌਰਾਨ। ਹਸਨ, ਵਟ ਆਰ ਯੂ ਡੂਇੰਗ ਨਾਓ? ਹਸਨ, ਤੂੰ ਹੁਣ ਕੀ ਕਰ ਰਿਹਾ ਹੈ? ਨਾਓ ਹਿਜ਼ ਫੇਸ ਬਿਕੇਮ ਅ ਲਿਟਲ ਪੇਲ। ਹੁਣ ਉਸਦਾ ਚਿਹਰਾ ਕੁਝ ਪੀਲਾ ਪੈ ਗਿਆ। ਮੈਡਮ, ਆਈ ਐਮ ਸੈਲਿੰਗ ਦਿਸ ਸੋਫਟਵੇਅਰ ਵਿਚ ਇਜ਼ ਯੂਜ਼ਫੁੱਲ ਇਨ ਟੀਚਿੰਗ ਮੈਥਸ, ਫਿਜ਼ਿਕਸ ਐਂਡ ਕੈਮਿਸਟਰੀ। ਮੈਡਮ, ਮੈਂ ਇਹ ਸੋਫਟਵੇਅਰ ਵੇਚ ਰਿਹਾ ਹਾਂ ਜਿਹੜਾ ਕਿ ਕਾਫੀ ਲਾਭਦਾਇਕ ਹੈ ਮੈਥਸ ਪੜ੍ਹਾਉਣ ਲਈ, ਭੌਤਿਕ ਵਿਗਿਆਨ ਪੜ੍ਹਾਉਣ ਲਈ ਅਤੇ ਰਸਾਇਣਿਕ ਵਿਗਿਆਨ ਪੜ੍ਹਾਉਣ ਲਈ। ਇਟ ਇਜ਼ ਆਫ ਹੈਲਪ ਆਫ ਬੋਥ ਟੀਚਰਸ ਐਂਡ ਸਟੂਡੈਂਟਸ। ਇਹ ਅਧਿਆਪਕ ਅਤੇ ਵਿਦਿਆਰਥੀਆਂ ਦੇ ਲਈ ਬਹੁਤ ਹੈਲਪਫੁਲ ਹੈ। ਆਈ ਨੋ ਯੂਅਰ ਫਾਊਂਡੇਸ਼ਨ ਹੈਲਪਸ ਅ ਲੋਟ ਇਨ ਐਜੂਕੇਸ਼ਨ ਐਟ ਦਾ ਹਾਈ ਸਕੂਲ ਲੈਵਲ। ਮੈਨੂੰ ਪਤਾ ਹੈ ਕਿ ਤੁਹਾਡੇ ਦੁਆਰਾ ਦਿੱਤਾ ਗਿਆ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਲਈ ਆਧਾਰ ਹਾਈ ਸਕੂਲ ਲੈਵਲ 'ਤੇ ਬਹੁਤ ਉਪਯੋਗੀ ਹੈ। ਆਈ ਥੋਟ ਇਟ ਮੇ ਬੀ ਆਫ ਸਮ ਇੰਟਰਸਟ ਟੂ ਯੂ। ਫਿਰ ਮੈਂ ਸੋਚਿਆ ਕਿ ਇਹ ਤੁਹਾਡੇ ਜ਼ਰੂਰ ਹੀ ਇੰਟਰਸਟ ਲਈ ਹੋਏਗਾ ਇਹ ਵਾਲਾ ਸੋਫਟਵੇਅਰ ਜੋ ਮੈਂ ਵੇਚਦਾ ਪਿਆ ਹਾਂ। ਹਸਨ, ਵਟ ਡਿਡ ਯੂ ਡੂ ਫੋਰ ਸੋ ਮੈਨੀ ਈਅਰਸ? ਹਸਨ, ਤੂੰ ਇੰਨੇ ਸਾਲ ਕੀ ਕੀਤਾ? ਆਈ ਨਿਊ ਆਲ ਹਿਸ ਕਲਾਸਮੇਟ ਬਾਏ ਦਿਸ ਟਾਈਮ ਵਰ ਇਨ ਵੈਰੀ ਹਾਈ ਪੋਜੀਸ਼ਨਸ ਇਨ ਦਾ ਸੋਫਟਵੇਅਰ ਇੰਡਸਟਰੀ। ਮੈਂ ਜਾਣਦੀ ਸੀ ਕਿ ਉਸਦੇ ਕਲਾਸ ਦੇ ਸਹਿਪਾਠੀ ਇਸ ਸਮੇਂ ਤੱਕ ਕਈ ਸੋਫਟਵੇਅਰ ਇੰਡਸਟਰੀ 'ਚ ਕਈ ਹਾਈ ਪੋਜੀਸ਼ਨਸ 'ਤੇ ਕੰਮ ਕਰ ਰਹੇ ਸਨ। ਹਸਨ, ਬੀਇੰਗ ਅ ਬ੍ਰਾਈਟ ਸਟੂਡੈਂਟ ਸ਼ੁੱਡ ਹੈਵ ਡੈਫੀਨੇਟਲੀ ਡਨ ਵੈਲ। ਹਸਨ, ਤੂੰ ਕਿਉਂਕਿ ਬਹੁਤ ਬ੍ਰਾਈਟ ਸਟੂਡੈਂਟ ਸੀ, ਤੂੰ ਬਹੁਤ ਕੁਛ ਵਧੀਆ ਕੀਤਾ ਹੋਵੇਗਾ। ਯੈਟ ਔਨ ਦਾ ਕੰਟਰੇਰੀ, ਪਰ ਇਸ ਦੇ ਵਿਰੋਧ ਵਿੱਚ, ਹੀ ਸੀਮਡ ਟੂ ਬੀ ਡੂਇੰਗ ਅ ਸਮਾਲ ਜੋਬ ਆਫ ਸੈਲਿੰਗ ਹਾਈ ਸਕੂਲ ਸੋਫਟਵੇਅਰ ਡੋਰ ਟੂ ਡੋਰ। ਪਰ ਇਸ ਦੇ ਉਲਟ ਉਹ ਇੱਕ ਬਹੁਤ ਛੋਟਾ ਕੰਮ ਕਰ ਰਿਹਾ ਸੀ, ਡੋਰ ਟੂ ਡੋਰ ਜਾ ਕੇ ਇੱਕ ਹਾਈ ਸਕੂਲ ਦਾ ਸੋਫਟਵੇਅਰ ਵੇਚਣ ਦਾ। ਮੈਡਮ, ਯੂ ਨੋ ਆਈ ਵਾਜ਼ ਵੈਰੀ ਇਰੈਗੂਲਰ ਇਨ ਕੋਲਜ। ਮੈਡਮ, ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੇ ਕੋਲਜ ਵਿੱਚ ਇਰੈਗੂਲਰ ਸੀ, ਯਾਨੀ ਰੈਗੂਲਰ ਨਹੀਂ ਆਉਂਦਾ ਸੀ। ਦ ਸੇਮ ਹੈਬਿਟ ਕੰਟੀਨਿਊਡ ਈਵਨ ਆਫਟਰ ਮਾਈ ਗ੍ਰੈਜੂਏਸ਼ਨ। ਇਹੀ ਹੈਬਿਟ ਕੰਟੀਨਿਊ ਰਹੀ ਮੇਰੇ ਬੀ ਏ ਤੋਂ ਬਾਅਦ ਵੀ। ਆਈ ਵੁੱਡ ਗੈਟ ਅਪ ਲੇਟ ਐਂਡ ਵਾਜ਼ ਵੈਰੀ ਲੇਜ਼ੀ। ਮੈਂ ਲੇਟ ਉੱਠਦਾ ਅਤੇ ਬਹੁਤ ਆਲਸੀ ਸੀ। ਮਾਈ ਮਦਰ ਵੁੱਡ ਲੂਜ਼ ਹਰ ਟੈਂਪਰ ਐਂਡ ਪੀਸ ਆਫ ਮਾਇੰਡ। ਮੇਰੇ ਮੰਮੀ ਆਪਣਾ ਸਬਰ ਖੋ ਬੈਠਦੇ ਅਤੇ ਆਪਣੇ ਦਿਮਾਗ ਦੀ ਸ਼ਾਂਤੀ ਵੀ।
ਆਈ ਡਿਡ ਨੋਟ ਬੋਦਰ, ਮੈਂ ਚਿੰਤਾ ਨਾ ਕਰਦਾ। ਆਈ ਟੁੱਕ ਹਰ ਫੋਰ ਗ੍ਰਾਂਟਿਡ, ਮੈਂ ਮੰਨ ਲੈਂਦਾ ਤਾਂ ਇੱਦਾਂ ਹੀ ਨੇ। ਆਫਟਰ ਅ ਲੋਟ ਆਫ ਪ੍ਰੈਸ਼ਰ ਫਰੋਮ ਮਾਈ ਪੇਰੈਂਟਸ, ਆਈ ਟੁੱਕ ਅਪ ਅ ਜੋਬ। ਕਾਫੀ ਆਪਣੇ ਮਾਪਿਆਂ ਦੇ ਦਬਾਵ ਤੋਂ ਬਾਅਦ ਮੈਂ ਇੱਕ ਜੋਬ ਲੈ ਲਈ, ਬਟ ਆਈ ਕੰਟੀਨਿਊਡ ਵਿਦ ਦ ਸੇਮ ਹੈਬਿਟਸ ਆਫ ਗੋਇੰਗ ਲੇਟ ਟੂ ਆਫਿਸ। ਪਰ ਮੈਂ ਉਸ ਆਫਿਸ ਵਿੱਚ ਵੀ ਉਸੇ ਹੀ ਆਦਤ ਅਨੁਸਾਰ ਲੇਟ ਜਾਂਦਾ। ਨੋਟ ਕੀਪਿੰਗ ਅਪੁਆਇੰਟਮੈਂਟਸ, ਜਿਹੜੀਆਂ ਲੋਕਾਂ ਦੇ ਨਾਲ ਮਿਲਣੀਆਂ ਹੁੰਦੀਆਂ ਅਪੁਆਇੰਟਮੈਂਟਸ ਹੁੰਦੀਆਂ, ਉਹਨੂੰ ਕੀਪ ਨਾ ਕਰਦਾ, ਨਾ ਰੱਖਦਾ, ਐਂਡ ਨੋਟ ਬੀਇੰਗ ਰਿਸਪੋਂਸੀਬਲ, ਅਤੇ ਨਾ ਹੀ ਜ਼ਿੰਮੇਵਾਰ ਬਣਦਾ। ਆਈ ਡਿਡ ਨੋਟ ਹੈਵ ਦਾ ਪ੍ਰੋਪਰ ਨੌਲੇਜ ਆਲਸੋ, ਮੇਰੇ ਕੋਲ ਲੋੜੀਂਦਾ ਗਿਆਨ ਵੀ ਨਹੀਂ ਸੀ। ਇਨ ਕੋਲੇਜ, ਕੋਲੇਜ ਦੇ ਵਿੱਚ ਆਈ ਹਾਰਡਲੀ ਸਟੱਡੀਡ, ਮੈਂ ਮੁਸ਼ਕਲ ਨਾਲ ਹੀ ਪੜ੍ਹਿਆ ਸੀ। ਗੈਟਿੰਗ ਅ ਫਸਟ ਕਲਾਸ ਇਨ ਦਾ ਐਗਜ਼ਾਮੀਨੇਸ਼ਨ ਇਜ਼ ਨੋਟ ਐਨ ਇੰਡੈਕਸ ਆਫ ਦਾ ਅਮਾਊਂਟ ਆਫ ਨੌਲੇਜ ਵਨ ਹੈਜ਼। ਕਲਾਸ ਵਿੱਚ ਫਸਟ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਕੋਲੋਂ ਨੌਲੇਜ ਬਹੁਤ ਜ਼ਿਆਦਾ ਹੈ। ਆਈ ਵੁੱਡ ਸਟੱਡੀ ਜਸਟ ਬਿਫੋਰ ਦਾ ਐਗਜ਼ਾਮਸ, ਮੈਂ ਸਿਰਫ ਐਗਜ਼ਾਮਸ ਦੇ ਕੋਲ ਪੜ੍ਹਦਾ। ਗੈਸ ਦਾ ਪ੍ਰੋਬੇਬਲ ਕੁਐਸਚਨਸ, ਜਿਹੜੇ ਆਉਣ ਵਾਲੇ ਕੁਐਸਚਨ ਉਹਨਾਂ ਨੂੰ ਗੈਸ ਕਰ ਲੈਂਦਾ, ਐਂਡ ਸਕਿੱਪ ਦਾ ਚੈਪਟਰਸ, ਅਤੇ ਬਾਕੀ ਚੈਪਟਰਸ ਸਕਿੱਪ ਕਰ ਦਿੰਦਾ, ਛੱਡ ਦਿੰਦਾ। ਆਈ ਆਲਵੇਜ ਥੋਟ ਆਈ ਕੁਡ ਸਮ ਹਾਓ ਮੇਕ ਇਟ ਲੇਟਰ, ਮੈਂ ਹਮੇਸ਼ਾ ਸੋਚਦਾ ਕਿ ਚੱਲ ਕੋਈ ਨਹੀਂ, ਮੈਂ ਇਹਨੂੰ ਬਾਅਦ 'ਚੋਂ ਕਰ ਹੀ ਲਵਾਂਗਾ। ਬਟ ਵਿਦਆਊਟ ਪ੍ਰੋਪਰ ਨੌਲੇਜ ਇਟ ਇਜ਼ ਡਿਫੀਕਲਟ ਟੂ ਵਾਕ, ਪਰ ਬਿਨਾਂ ਖਾਸ ਗਿਆਨ ਦੇ ਇਹ ਬਹੁਤ ਔਖਾ ਸੀ ਕੰਮ ਕਰਨਾ। ਆਈ ਆਲਵੇਜ਼ ਲਾਫਡ ਐਟ ਦੋਜ਼ ਪੀਪਲ ਹੂ ਆਰ ਹਾਰਡ ਵਰਕਰਸ, ਮੈਂ ਹਮੇਸ਼ਾ ਉਹਨਾਂ 'ਤੇ ਹੱਸਦਾ ਜਿਹੜੇ ਕਿ ਬਹੁਤ ਮਿਹਨਤੀ ਲੋਕ ਸਨ। ਆਈ ਯੂਜ਼ ਟੂ ਮੇਕ ਫਨ ਆਫ ਦੈਮ ਐਂਡ ਕਾਲਡ ਦੈਮ ਨਰਡਸ, ਮੈਂ ਹਮੇਸ਼ਾ ਉਹਨਾਂ ਦਾ ਮਜ਼ਾਕ ਉਡਾਉਂਦਾ ਅਤੇ ਉਹਨਾਂ ਨੂੰ ਮੂਰਖ ਕਹਿੰਦਾ। ਟੁਡੇ ਦੋਜ਼ ਨਰਡਸ ਹੈਵ ਬਿਕਮ ਮਿਲੀਅਨਰਸ, ਅੱਜ ਉਹ ਮੂਰਖ ਬਹੁਤ ਹੀ ਅਮੀਰ ਹੋ ਗਏ ਹਨ। ਨੋਬਡੀ ਲਾਈਕਡ ਮੀ ਇਨ ਦੇਅਰ ਆਫਿਸ ਬਿਕੋਜ਼ ਆਫ ਮਾਈ ਬਿਹੇਵੀਅਰ, ਕੋਈ ਵੀ ਮੈਨੂੰ ਆਪਣੇ ਆਫਿਸ 'ਚ ਪਸੰਦ ਨਹੀਂ ਕਰਦਾ ਮੇਰੇ ਬਿਹੇਵੀਅਰ ਕਰਕੇ। ਨੋ ਇੰਪਲਾਇਰ ਵੁੱਡ ਕੀਪ ਸੱਚ ਐਨ ਇੰਪਲਾਈ, ਕੋਈ ਵੀ ਨੌਕਰੀ ਦੇਣ ਵਾਲਾ ਇਹੋ ਜਿਹੇ ਨੌਕਰੀ ਕਰਨ ਵਾਲੇ ਨੂੰ ਪਸੰਦ ਨਹੀਂ ਕਰਦਾ। ਐਂਡ ਆਈ ਲੋਸਟ ਵਟ ਐਵਰ ਜੋਬ ਆਈ ਟੁੱਕ ਅਪ, ਅਤੇ ਮੈਨੂੰ ਜਿਹੜੀਆਂ ਵੀ ਜੋਬ ਮਿਲੀਆਂ ਮੈਨੂੰ ਉਹ ਸਭ ਗਵਾਉਣੀਆਂ ਪਈਆਂ। ਇਨ ਮਾਈ ਫਰਸਟ੍ਰੇਸ਼ਨ ਆਈ ਸਟਾਰਟਡ ਕਾਲਿੰਗ ਐਟ ਆਫਿਸ ਐਜ਼ ਵੈਲ ਐਜ਼ ਐਟ ਹੋਮ, ਅਤੇ ਖਿੱਝ ਕੇ ਮੈਂ ਆਫਿਸ ਵਿੱਚ ਲੜਨ ਲੱਗ ਪੈਂਦਾ ਅਤੇ ਘਰ ਵਿੱਚ ਵੀ। ਫਾਈਨਲੀ ਮਾਈ ਫਾਦਰ ਗੋਟ ਸੋ ਫੈਡ ਅਪ, ਹੀ ਟੋਲਡ ਮੀ ਟੂ ਸਟੇ ਸੈਪਰੇਟਲੀ। ਅਖੀਰ 'ਤੇ ਮੇਰੇ ਪਿਤਾ ਜੀ ਇੰਨੇ ਜ਼ਿਆਦਾ ਤੰਗ ਆ ਗਏ ਕਿ ਉਹਨਾਂ ਨੇ ਮੈਨੂੰ ਅਲੱਗ ਰਹਿਣ ਲਈ ਕਹਿ ਦਿੱਤਾ। ਹੀ ਆਲਵੇਜ਼ ਗੇਵ ਮੀ ਅ ਲੋਟ ਆਫ ਫਰੀਡਮ, ਉਹ ਹਮੇਸ਼ਾ ਮੈਨੂੰ ਬਹੁਤ ਸਾਰੀ ਆਜ਼ਾਦੀ ਦਿੰਦੇ, ਬਟ ਆਈ ਨੈਵਰ ਪਿਕਡ ਅਪ। ਪਿਕਡ ਅਪ ਹੁੰਦਾ ਰਿਕਵਰ ਕਰਨਾ, ਰਿਕਵਰਡ ਯਾਨੀ ਠੀਕ ਕਰਨਾ। ਬਟ ਆਈ ਨੈਵਰ ਪਿਕਡ ਅਪ ਮਾਈ ਓਨ ਗੁੱਡ ਹੈਬਿਟਸ, ਪਰ ਮੈਂ ਆਪਣੀਆਂ ਜਿਹੜੀਆਂ ਚੰਗੀਆਂ ਆਦਤਾਂ ਜਿਹੜੀਆਂ ਮੈਨੂੰ ਪਈਆਂ ਹੋਈਆਂ ਸੀ, ਮਜ਼ਾਕ ਕਰਦਾ ਸੀ, ਉਹਨਾਂ ਨੂੰ ਨਾ ਠੀਕ ਕਰਦਾ। ਮਾਈ ਸਟੇਟ, ਸਟੇਟ ਹੁੰਦੀ ਹੈ ਹਾਲਤ, ਮਾਈ ਸਟੇਟ ਟੂਡੇ ਇਜ਼ ਦਾ ਰਿਜ਼ਲਟ ਆਫ ਮਾਈ ਓਨ ਹੈਬਿਟਸ, ਮੇਰੀ ਅੱਜ ਦੀ ਹਾਲਤ ਮੇਰੀਆਂ ਆਪਣੀਆਂ ਹੀ ਆਦਤਾਂ ਕਰਕੇ ਹੈ। ਆਈ ਫੈਲਟ ਸੋਰੀ ਫੋਰ ਹਸਨ, ਮੈਨੂੰ ਹਸਨ ਲਈ ਦੁੱਖ ਸੀ, ਹੂ ਵਿਦ ਆਲ ਹਿਜ਼ ਇੰਟੈਲੀਜੈਂਸ ਐਂਡ ਗੁੱਡ ਨੇਚਰ ਕੁਡ ਨੋਟ ਮੇਕ ਇਟ, ਜੋ ਕਿ ਆਪਣੀ ਇੰਨੀ ਇੰਟੈਲੀਜੈਂਸ ਅਤੇ ਚੰਗੇ ਸੁਭਾਅ ਦੇ ਕਾਰਨ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਪਾਇਆ। ਹਸਨ ਯੂ ਨਿਊ ਯੂਅਰ ਫੋਲਟਸ, ਹਸਨ ਤੈਨੂੰ ਆਪਣੀਆਂ ਘਾਟਾਂ ਪਤਾ ਹੈ, ਯੂ ਕੁਡ ਹੈਵ ਇੰਪਰੂਵਡ ਐਂਡ ਮੇਡ ਅ ਬੈਟਰ ਲਾਈਫ ਫੋਰ ਯੂਅਰ ਸੈਲਫ, ਤੂੰ ਇਸ ਨੂੰ ਇੰਪਰੂਵ ਕਰ ਸਕਦਾ ਹੈ ਅਤੇ ਆਪਣੇ ਲਈ ਵਧੀਆ ਜ਼ਿੰਦਗੀ ਬਣਾ ਸਕਦਾ ਹੈ। ਦੇਅਰ ਇਜ਼ ਆਲਵੇਜ਼ ਅ ਸਟਾਰਟ ਐਟ ਐਨੀ ਏਜ, ਹਮੇਸ਼ਾ ਜਦੋਂ ਜਾਗੋ ਉਦੋਂ ਸਵੇਰਾ, ਕਿਸੇ ਵੀ ਏਜ ਵਿੱਚ ਅਸੀਂ ਸਟਾਰਟ ਲੈ ਸਕਦੇ ਹਾਂ, ਸ਼ੁਰੂ ਕਰ ਸਕਦੇ ਹਾਂ। ਡੋਂਟ ਗੈਟ ਡਿਸਅਪੋਇੰਟਡ, ਨਿਰਾਸ਼ ਨਾ ਹੋਵੋ, ਯੂ ਮੇ ਹੈਵ ਲੋਸਟ ਅ ਬੈਟਲ, ਤੂੰ ਭਾਵੇਂ ਲੜਾਈ ਹਾਰ ਚੁੱਕਾ ਹੈ, ਬਟ ਯੂ ਕੈਨ ਸਟਿਲ ਵਿਨ ਦ ਵਾਰ, ਪਰ ਤੂੰ ਅਜੇ ਵੀ ਯੁੱਧ ਜਿੱਤ ਸਕਦਾ ਹੈ। ਮੈਡਮ ਓਲਡ ਹੈਬਿਟਸ ਡਾਈ ਹਾਰਟ, ਮੈਡਮ ਪੁਰਾਣੀਆਂ ਆਦਤਾਂ ਮੁਸ਼ਕਲ ਨਾਲ ਹੀ ਮਰਦੀਆਂ ਹਨ, ਬਟ ਹਸਨ ਇਟ ਇਜ਼ ਪੋਸੀਬਲ ਟੂ ਚੇਂਜ ਯੂਅਰ ਹੈਬਿਟਸ, ਪਰ ਹਸਨ ਪਰ ਆਦਤਾਂ ਨੂੰ ਚੇਂਜ ਕਰਨਾ ਮੁਮਕਿਨ ਹੈ। ਦੇਅਰ ਇਜ਼ ਨਥਿੰਗ ਵਿਚ ਇਜ਼ ਇੰਪੋਸੀਬਲ, ਦੁਨੀਆ 'ਚ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਨਾਮੁਮਕਿਨ ਹੋਵੇ। ਯੂ ਓਨਲੀ ਰਿਕੁਆਇਰ ਵਿਲ ਪਾਵਰ, ਤੈਨੂੰ ਸਿਰਫ ਆਪਣੀ ਵਿਲ ਪਾਵਰ ਚਾਹੀਦੀ ਹੈ, ਯਾਨੀ ਇੱਛਾ ਸ਼ਕਤੀ ਚਾਹੀਦੀ ਹੈ। ਯੂ ਆਰ ਯੂਅਰ ਸੈਲਫ ਨੋਟ ਅਵੇਅਰ ਆਫ ਆਲ ਯੂਅਰ ਪੋਟੈਂਸ਼ਲ, ਤੂੰ ਆਪਣੇ ਆਪ ਦਾ
तू अपने आप की शक्ति अपने आप नहीं महसूस कर सकता। प्लीज़ रिमेंबर वैन एल्डर्स से समथिंग दे डू सो बिकॉज दे वॉन्ट यू टू लीड अ बैटर लाइफ दैन दैम। कृपा करके याद रखो जो व्डे तू कहें कुछ करन ते ओ चांदे हुंदे हन कि असी उन्हां तों वधिया लाइफ जीए। एक्सलेंस डज नॉट कम बाय एक्सीडेंट बट बाय प्रैक्टिस। निपुणता कदी भी दुर्घटना नाल नहीं आती बल्कि प्रैक्टिस दे नाल आती है। आई कुड सी अ ट्विंकल इन हिज आईज। मैं उसकी अखां विच चमक देख सकती सी। आई थॉट आई सा अ ग्लिम्स ऑफ द यंग ब्राइट हसन। मैनू लग्या कि मैं एक नौजवान होशियार हसन की झाकी देखी है। आई विल ट्राई माई बेस्ट मैम। मैं पूरी कोशिश करांगा मैडम। ही प्रोमिस उसने प्रोमिस किया एज ही रोज टू लीव जिदा ही वह ऑफिस छड़न लई उठ्या। आई हैव नॉट मैट हसन सिंस दैट डे। मैं उस दिन तो बाद हसन नूं तां नहीं मिली। आई होप टू बंप इन टू हिम अनएक्सपैक्टेडली वंस अगेन एंड दिस टाइम फाइंड हिम हैप्पी एंड सक्सैसफुल। बंप इन टू हुंदा किसी नूं मिलना अनएक्सपैक्टेडली, एकदम मिल जाना, कोई एकदम सामने आ जाना। सो आई होप टू बंप इन टू हिम। मैनू उम्मीद है कि किसी दिन एकदम अचानक उन्हें मिलांगी अनएक्सपैक्टेडली वंस अगेन, एकदम अचानक फिर दोबारा। एंड दिस टाइम फाइंड हिम हैप्पी एंड सक्सैसफुल। इस बार उसनू खुश अते सफल पावांगी। सो दिस वॉज द लैसन हसनस अटेंडेंस प्रॉब्लम। होप कि यह लैसन तुहानू जरूर पसंद आया होगा। क्वेश्चन आंसर तुसी अपने आप कर लोगे, मैं ये आस रखता हाँ। सो ये वीडियो किहो जिहा लग्या कॉमेंट जरूर लिखना। तो होर कोई वीडियो जो तुसी चाहते हो कि ये बनाया जाए इस विषय उत्ते, वो भी कॉमेंट बॉक्स तुसी दस सकते हो। सो मिलते हाँ अगली वीडियो के नाल। तद तक मैनू दो इजाजत। मैं परमजोत सिंह, थैंक यू वेरी मच।